ਦੁਕਾਨ ਤੋਂ ਚੋਕਲੇਟ ਲੈਣ ਗਿਆ, ਚੋਕਲੇਟ ਲਿਆਉਣ ਤੋਂ ਬਾਅਦ ਘਰ ਲਿਆ ਕੇ ਖਾਧੀ ਹੈ, ਖਾਣ ਤੋਂ ਬਾਅਦ ਉਹ ਨੀਂਦਾ ਹੋਣ ਲੱਗਿਆ, ਸਾਹ ਘਟਣ ਲੱਗਿਆ ਹੈ, ਅਤੇ ਫਤਿਹਗੜ੍ਹ ਸਾਹਿਬ ਔਨ ਦੀ ਸਪੋਰਟ ਹੈ, ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ, ਜਿਹੜੇ ਮਾਤਾ ਪਿਤਾ ਨੇ ਉਹ ਅਵੇਅਰ ਹੋਣ ਵੀ ਜਿਹੜੀਆਂ ਦੋ ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ। ਇਹ ਹੈ 3 ਸਾਲ ਦਾ ਫਤਿਹ ਸਿੰਘ, ਹੁਣ ਸਿਰਫ ਤਸਵੀਰਾਂ ਤੱਕ ਮਹਿਦੂਦ ਹੋ ਗਿਆ। ਚੋਕਲੇਟ ਖਾਧਾ ਸੀ, ਪਰ ਕੀ ਪਤਾ ਸੀ ਕਿ ਮਿੱਠੀ ਚੀਜ਼ ਉਸ ਲਈ ਜ਼ਹਿਰ ਬਣ ਜਾਏਗੀ। ਮਾਮਲਾ ਫਤਿਹਗੜ੍ਹ ਸਾਹਿਬ ਦੇ ਖੇੜੀ ਨੌਤ ਸਿੰਘ ਇਲਾਕੇ 'ਚ ਪੈਂਦੇ ਪਿੰਡ ਮੁਸਤਫਾਬਾਦ ਦਾ ਹੈ। ਬੱਚਾ ਘਰੋਂ ਦੁਕਾਨ ਤੋਂ ਚੋਕਲੇਟ ਲੈਣ ਗਿਆ, ਚੋਕਲੇਟ ਲਿਆਇਆ ਫਿਰ ਖਾਧਾ, ਕੁਝ ਹੀ ਦੇਰ ਦੇ ਵਿੱਚ ਉਸਦਾ ਰੰਗ ਨੀਲਾ ਪੈਣ ਲੱਗਿਆ। ਹਸਪਤਾਲ ਲਿਜਾਂਦਾ ਗਿਆ ਪਰ ਬਚਾਇਆ ਨਾ ਜਾ ਸਕਿਆ। 3 ਸਾਲ ਦੇ ਬੱਚੇ ਦੀ ਚੋਕਲੇਟ ਖਾਣ ਕਰਕੇ ਮੌਤ ਹੋਈ ਹੈ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ, ਪੋਸਟਮਾਰਟਮ ਕਰਵਾਇਆ ਤਾਂ ਜੋ ਅਸਲ ਕਾਰਨਾਂ ਦਾ ਪਤਾ ਲੱਗ ਸਕੇ ਕਿ ਆਖਿਰ ਵਜ੍ਹਾ ਕੀ ਸੀ। ਦੁਕਾਨ ਤੋਂ ਚੋਕਲੇਟ ਲੈਣ ਗਿਆ, ਚੋਕਲੇਟ ਲਿਆਉਣ ਤੋਂ ਬਾਅਦ ਘਰ ਲਿਆ ਕੇ ਖਾਧੀ ਹੈ, ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ, ਸਾਹ ਘਟਣ ਲੱਗਿਆ, ਅਤੇ ਅਸੀਂ ਸਾਰੇ ਫਤਿਹਗੜ੍ਹ ਸਾਹਿਬ ਲੈ ਕੇ ਆਏ, ਅਤੇ ਫਤਿਹਗੜ੍ਹ ਸਾਹਿਬ ਔਨ ਦੀ ਸਪੋਰਟ ਹੈ, ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ। ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪੋਤਾ ਉਹ ਤਾਂ ਹੁਣ ਨਹੀਂ ਦੁਨੀਆਂ ਤੋਂ ਆਉਣਾ, ਲੇਕਿਨ ਹੋਰ ਜਿਹੜੇ ਮਾਤਾ ਪਿਤਾ ਨੇ ਉਹ ਅਵੇਅਰ ਹੋਣ ਵੀ ਜਿਹੜੀਆਂ ਦੋ ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਾਧੀਆਂ ਜਾਣ, ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ। ਪਰਿਵਾਰ ਹੁਣ ਹੋਰ ਲੋਕਾਂ ਨੂੰ ਵੀ ਅਪੀਲ ਕਰ ਰਿਹਾ ਕਿ ਬੱਚਿਆਂ 'ਤੇ ਧਿਆਨ ਰੱਖਿਆ ਜਾਏ ਕਿ ਉਹ ਕੀ ਖਾਂਦੇ ਨੇ, ਕਿੱਥੋਂ ਲਿਆਉਂਦੇ ਨੇ, ਕਿਉਂਕਿ ਲਾਪਰਵਾਹੀ ਜਾਨ ਲੈ ਸਕਦੀ ਹੈ। ਮਾਸੂਮ ਬੱਚੇ ਦੀ ਜ਼ਿੰਦਗੀ ਚਲੀ ਗਈ ਹੈ।